ਮੈਂ ਦਾਰਾ ਸਿੰਘ ਰਾਏ, ਮੈਂ ਆਪਣੇ ਵੱਲੋਂ ਤੋਂ ਕਾਂਗਰਸ ਪਾਰਟੀ ਵੱਲੋਂ ਸਮੂਹ ਭਾਰਤ ਵਾਸੀਆਂ ਨੂੰ ਦਿਵਾਲੀ, ਬੰਦੀ ਛੋੜ ਦਿਵਸ, ਬਾਬਾ ਵਿਸ਼ਵਕਰਮਾ ਡੇ ਅਤੇ ਪਹਿਲੀ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਦੇ ਵਧਾਈ ਦਿੰਦਾ ਹਾਂ। ਜਿੱਥੇ ਮੈਂ ਸਮੂਹ ਭਾਰਤ ਵਾਸੀਆਂ ਨੂੰ ਵਧਾਈ ਦਿੰਦਾ, ਉੱਥੇ ਇੱਕ ਅਪੀਲ ਵੀ ਕਰਦਾ ਹੈ। ਦਿਵਾਲੀ ਇੱਕ ਸਾਂਝਾ ਤਿਉਹਾਰ ਆ, ਇਸ ਲਈ ਪਿਆਰ ਨਾਲ ਮਨਾਇਆ ਜਾਵੇ ਅਤੇ ਦਿਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ। ਪਟਾਕਿਆਂ ਤੋਂ ਘੱਟ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਇੱਕ ਵਾਰ ਫਿਰ ਮੇਰੇ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਬਾਬਾ ਵਿਸ਼ਵਕਰਮਾ ਦਿਵਾਲੀ 'ਤੇ ਪਹਿਲੀ ਪਾਤਸ਼ਾਹੀ ਦੇ 550ਵੇਂ ਉਸ 'ਤੇ ਸਾਰੇ ਹੀ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ।